ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਸਿੱਖ ਦੌਲਤ ਵਿਖੇ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ। ਆ ਗਰੀਬ ਕਿਸਾਨ ਆਪਾਂ ਕਹਿ ਲਈਏ, ਸਾਡਾ ਗੁਰਦੀਪ ਮਾਨ ਵੀਰ ਪਨੀਰੀ ਬੀਜੀ ਸੀਗੀ ਉਹਨਾਂ ਨੇ। ਆਹ ਦੇਖ ਲਓ ਕਿਸੇ ਦੀ ਮਾੜੀ ਇੰਨੀ ਹਰਕਤ ਆ ਵੀ ਰਾਤ ਨੂੰ ਜਾਂ ਪਤਾ ਨਹੀਂ ਕਿਹੜੇ ਟਾਈਮ ਆ ਕੇ ਰੇਹ ਦੇ ਵਿੱਚ ਰਲਾ ਕੇ ਨਾ ਡਾਇਰੇ ਜਾਂ ਆਪਾਂ ਸੁਪਰ ਕਹਿ ਦਈਏ ਉਹਦੇ 'ਚ ਰਲਾ ਕੇ ਦਵਾਈ ਛਿੱਟੀ ਵੀ ਆ, ਸਰੇਆਮ ਰੇਹ ਵੀ ਉਵੇਂ ਦੀਂਦਾ। ਇਹ ਕਿੱਡੀ ਮਾੜੀ ਹਰਕਤ ਆ ਜਿਹੜੇ ਵੀ ਵੀਰ ਨੇ ਕਿਸੇ ਨੇ ਵੀ ਕੀਤੀ ਆ ਉਹਨੂੰ ਪੁੱਛਣ ਵਾਲਾ ਵੇ। ਜੇ ਤਾਂ ਕੋਈ ਗੱਲਬਾਤ ਆ ਤਾਂ ਸਿੱਧਾ ਆ ਕੇ ਬੰਦਿਆਂ ਨੂੰ ਤੂੰ ਉਹਨਾਂ ਨੂੰ ਮਿਲ ਲਾ, ਠੀਕ ਆ ਨਾ। ਆਹ ਹੁਣ ਅਗਲਿਆਂ ਨੇ ਪੈਲੀ ਮਾਮਲੇ 'ਤੇ ਲਈ ਵੀ ਆ, 60-60 ਹਜ਼ਾਰ ਨੂੰ ਪੈਲੀ ਮਾਮਲੇ 'ਤੇ ਲੈ ਕੇ, ਅਤੇ ਜਦੋਂ ਹੁਣ ਲਾਉਣ ਦਾ ਟਾਈਮ ਆਇਆ ਤਾਂ ਕਿੱਡੀ ਮਾੜੀ ਹਰਕਤ ਕਰਕੇ ਗਏ ਆ। ਹੁਣ ਬੇਨਤੀ ਆ ਕਿਸਾਨ ਭਰਾਵਾਂ ਨੂੰ ਵੀ ਜਿਹਦੇ ਕੋਲ ਪਨੀਰੀ ਵੱਧ ਆ, ਵੀਰ ਜੀ ਅਸੀਂ ਨਾਲ ਨੰਬਰ ਵੀ ਇਹਨਾਂ ਦਾ ਕੰਟੈਕਟ ਤੁਹਾਨੂੰ ਸੈਂਡ ਕਰਾਂਗੇ, ਅਤੇ ਇਹਨਾਂ ਦੀ ਮਦਦ ਕੀਤੀ ਜਾਵੇ। ਅਤੇ ਆ ਸਾਡੇ ਨਗਰ ਦੀ ਪੰਚਾਇਤ ਵੀ ਖੜ੍ਹੀ ਆ, ਸਾਰੀ ਸੱਦੇ ਸੀਗੇ। ਰੇਹ ਤੁਹਾਨੂੰ ਉਸ ਤਰ੍ਹਾਂ ਦਿਖਾਉਂਦੇ ਆ, ਦੇਖੋ ਉਵੇਂ ਰੇਹ ਵੀ ਸਰੇਆਮ ਪਿਆ ਵਾ। ਕਿੱਡੀ ਮਾੜੀ ਹਰਕਤ ਆ, ਰੇਹ ਦੇ ਵਿੱਚ ਰਲਾ ਕੇ ਦਵਾਈ ਛਿੱਟੀ ਗਈ ਆ। ਅਤੇ ਜੇ ਕੋਈ ਗੱਲਬਾਤ ਆ ਤੁਸੀਂ ਸਿੱਧਾ ਮਿਲ ਲਓ। ਇਹੋ ਜਿਹੀਆਂ ਜਿਹੜੀਆਂ ਹਰਕਤਾਂ ਉਹ ਚੰਗੀਆਂ ਨਹੀਂ ਹੁੰਦੀਆਂ। ਜੇ ਬੰਦਾ ਨਹੀਂ ਦੇਖਦਾ ਉੱਤੇ ਪਰਮਾਤਮਾ ਤਾਂ ਦੇਖਦਾ ਨਾ। ਇਹ ਦੇਣੇ ਲੈਣੇ ਦੇ ਜਿਹੜੇ ਸੰਬੰਧ ਆ ਉਹ ਤਾਂ ਦੇਣੇ ਹੀ ਪੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਸਿੱਖ ਦੌਲਤ ਵਿਖੇ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ। ਆ ਗਰੀਬ ਕਿਸਾਨ ਆਪਾਂ ਕਹਿ ਲਈਏ, ਸਾਡਾ ਗੁਰਦੀਪ ਮਾਨ ਵੀਰ ਪਨੀਰੀ ਬੀਜੀ ਸੀਗੀ ਉਹਨਾਂ ਨੇ। ਆਹ ਦੇਖ ਲਓ ਕਿਸੇ ਦੀ ਮਾੜੀ ਇੰਨੀ ਹਰਕਤ ਆ ਵੀ ਰਾਤ ਨੂੰ ਜਾਂ ਪਤਾ ਨਹੀਂ ਕਿਹੜੇ ਟਾਈਮ ਆ ਕੇ ਰੇਹ ਦੇ ਵਿੱਚ ਰਲਾ ਕੇ ਨਾ ਡਾਇਰੇ ਜਾਂ ਆਪਾਂ ਸੁਪਰ ਕਹਿ ਦਈਏ ਉਹਦੇ 'ਚ ਰਲਾ ਕੇ ਦਵਾਈ ਛਿੱਟੀ ਵੀ ਆ, ਸਰੇਆਮ ਰੇਹ ਵੀ ਉਵੇਂ ਦੀਂਦਾ। ਇਹ ਕਿੱਡੀ ਮਾੜੀ ਹਰਕਤ ਆ ਜਿਹੜੇ ਵੀ ਵੀਰ ਨੇ ਕਿਸੇ ਨੇ ਵੀ ਕੀਤੀ ਆ ਉਹਨੂੰ ਪੁੱਛਣ ਵਾਲਾ ਵੇ। ਜੇ ਤਾਂ ਕੋਈ ਗੱਲਬਾਤ ਆ ਤਾਂ ਸਿੱਧਾ ਆ ਕੇ ਬੰਦਿਆਂ ਨੂੰ ਤੂੰ ਉਹਨਾਂ ਨੂੰ ਮਿਲ ਲਾ, ਠੀਕ ਆ ਨਾ। ਆਹ ਹੁਣ ਅਗਲਿਆਂ ਨੇ ਪੈਲੀ ਮਾਮਲੇ 'ਤੇ ਲਈ ਵੀ ਆ, 60-60 ਹਜ਼ਾਰ ਨੂੰ ਪੈਲੀ ਮਾਮਲੇ 'ਤੇ ਲੈ ਕੇ, ਅਤੇ ਜਦੋਂ ਹੁਣ ਲਾਉਣ ਦਾ ਟਾਈਮ ਆਇਆ ਤਾਂ ਕਿੱਡੀ ਮਾੜੀ ਹਰਕਤ ਕਰਕੇ ਗਏ ਆ। ਹੁਣ ਬੇਨਤੀ ਆ ਕਿਸਾਨ ਭਰਾਵਾਂ ਨੂੰ ਵੀ ਜਿਹਦੇ ਕੋਲ ਪਨੀਰੀ ਵੱਧ ਆ, ਵੀਰ ਜੀ ਅਸੀਂ ਨਾਲ ਨੰਬਰ ਵੀ ਇਹਨਾਂ ਦਾ ਕੰਟੈਕਟ ਤੁਹਾਨੂੰ ਸੈਂਡ ਕਰਾਂਗੇ, ਅਤੇ ਇਹਨਾਂ ਦੀ ਮਦਦ ਕੀਤੀ ਜਾਵੇ। ਅਤੇ ਆ ਸਾਡੇ ਨਗਰ ਦੀ ਪੰਚਾਇਤ ਵੀ ਖੜ੍ਹੀ ਆ, ਸਾਰੀ ਸੱਦੇ ਸੀਗੇ। ਰੇਹ ਤੁਹਾਨੂੰ ਉਸ ਤਰ੍ਹਾਂ ਦਿਖਾਉਂਦੇ ਆ, ਦੇਖੋ ਉਵੇਂ ਰੇਹ ਵੀ ਸਰੇਆਮ ਪਿਆ ਵਾ। ਕਿੱਡੀ ਮਾੜੀ ਹਰਕਤ ਆ, ਰੇਹ ਦੇ ਵਿੱਚ ਰਲਾ ਕੇ ਦਵਾਈ ਛਿੱਟੀ ਗਈ ਆ। ਅਤੇ ਜੇ ਕੋਈ ਗੱਲਬਾਤ ਆ ਤੁਸੀਂ ਸਿੱਧਾ ਮਿਲ ਲਓ। ਇਹੋ ਜਿਹੀਆਂ ਜਿਹੜੀਆਂ ਹਰਕਤਾਂ ਉਹ ਚੰਗੀਆਂ ਨਹੀਂ ਹੁੰਦੀਆਂ। ਜੇ ਬੰਦਾ ਨਹੀਂ ਦੇਖਦਾ ਉੱਤੇ ਪਰਮਾਤਮਾ ਤਾਂ ਦੇਖਦਾ ਨਾ। ਇਹ ਦੇਣੇ ਲੈਣੇ ਦੇ ਜਿਹੜੇ ਸੰਬੰਧ ਆ ਉਹ ਤਾਂ ਦੇਣੇ ਹੀ ਪੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਸਿੱਖ ਦੌਲਤ ਵਿਖੇ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ। ਆ ਗਰੀਬ ਕਿਸਾਨ ਆਪਾਂ ਕਹਿ ਲਈਏ, ਸਾਡਾ ਗੁਰਦੀਪ ਮਾਨ ਵੀਰ ਪਨੀਰੀ ਬੀਜੀ ਸੀਗੀ ਉਹਨਾਂ ਨੇ। ਆਹ ਦੇਖ ਲਓ ਕਿਸੇ ਦੀ ਮਾੜੀ ਇੰਨੀ ਹਰਕਤ ਆ ਵੀ ਰਾਤ ਨੂੰ ਜਾਂ ਪਤਾ ਨਹੀਂ ਕਿਹੜੇ ਟਾਈਮ ਆ ਕੇ ਰੇਹ ਦੇ ਵਿੱਚ ਰਲਾ ਕੇ ਨਾ
ਡਾਇਰੇ ਜਾਂ ਆਪਾਂ ਸੁਫਰ ਕਹਿ ਦਈਏ, ਉਹਦੇ 'ਚ ਰਲਾ ਕੇ ਦਵਾਈ ਛਿੱਟੀ ਵੀ ਆ, ਸਰੇ ਆਮ ਰੇਹ ਵੀ ਉਵੇਂ ਦੀਂਦਾ। ਇਹ ਕਿੱਡੀ ਮਾੜੀ ਹਰਕਤ ਆ, ਜਿਹੜੇ ਵੀ ਵੀਰ ਨੇ ਕਿਸੇ ਨੇ ਵੀ ਕੀਤੀ ਆ ਉਹਨੂੰ ਪੁੱਛਣ ਵਾਲਾ ਹੋਵੇ, ਜੇ ਤਾਂ ਕੋਈ ਗੱਲਬਾਤ ਆ ਤਾਂ ਸਿੱਧਾ ਆ ਕੇ ਬੰਦਿਆਂ ਨੂੰ ਤੂੰ ਉਹਨਾਂ ਨੂੰ ਮਿਲ ਲਾ, ਠੀਕ ਆ ਨਾ। ਆਹ ਹੁਣ ਅਗਲਿਆਂ ਨੇ ਪੈਲੀ ਮਾਮਲੇ 'ਤੇ ਲਈ ਵੀ ਆ, 60-60 ਹਜ਼ਾਰ ਨੂੰ ਪੈਲੀ ਮਾਮਲੇ 'ਤੇ ਲੈ ਕੇ, ਅਤੇ ਜਦੋਂ ਹੁਣ ਲਾਉਣ ਦਾ ਟਾਈਮ ਆਇਆ ਤਾਂ ਕਿੱਡੀ ਮਾੜੀ ਹਰਕਤ ਕਰਕੇ ਗਏ ਆ। ਹੁਣ ਬੇਨਤੀ ਆ ਕਿਸਾਨ ਭਰਾਵਾਂ ਨੂੰ ਵੀ ਜਿਹਦੇ ਕੋਲ ਪਨੀਰੀ ਵੱਧ ਆ, ਵੀਰ ਜੀ ਅਸੀਂ ਨਾਲ ਨੰਬਰ ਵੀ ਇਹਨਾਂ ਦਾ ਕੰਟੈਕਟ ਤੁਹਾਨੂੰ ਸੈਂਡ ਕਰਾਂਗੇ, ਅਤੇ ਇਹਨਾਂ ਦੀ ਮਦਦ ਕੀਤੀ ਜਾਵੇ। ਅਤੇ ਆ ਸਾਡੇ ਨਗਰ ਦੀ ਪੰਚਾਇਤ ਵੀ ਖੜ੍ਹੀ ਆ, ਸਾਰੀ ਸੱਦੇ ਸੀਗੇ, ਰੇਹ ਤੁਹਾਨੂੰ ਉਸ ਤਰ੍ਹਾਂ ਦਿਖਾਉਂਦੇ ਆ, ਦੇਖੋ ਉਵੇਂ ਰੇਹ ਵੀ ਸਰੇਆਮ ਪਿਆ ਵਾ। ਕਿੱਡੀ ਮਾੜੀ ਹਰਕਤ ਆ, ਰੇਹ ਦੇ ਵਿੱਚ ਰਲਾ ਕੇ ਦਵਾਈ ਛਿੱਟੀ ਗਈ ਆ। ਅਤੇ ਜੇ ਕੋਈ ਗੱਲਬਾਤ ਆ ਤੁਸੀਂ ਸਿੱਧਾ ਮਿਲ ਲਓ, ਇਹੋ ਜਿਹੀਆਂ ਜਿਹੜੀਆਂ ਹਰਕਤਾਂ ਉਹ ਚੰਗੀਆਂ ਨਹੀਂ ਹੁੰਦੀਆਂ। ਜੇ ਬੰਦਾ ਨਹੀਂ ਦੇਖਦਾ ਉੱਤੇ ਪਰਮਾਤਮਾ ਤਾਂ ਦੇਖਦਾ ਨਾ। ਇਹ ਦੇਣੇ ਲੈਣੇ ਦੇ ਜਿਹੜੇ ਸੰਬੰਧ ਆ ਉਹ ਤਾਂ ਦੇਣੇ ਹੀ ਪੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।